ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਮਿਖਿਆ ਆਰੰਗ ਕੂੜਾ ਵਿਆ ਦਿਸਣ ਸਬੇ ਸ਼ਾਨ ਹਰ ਅੰਮ੍ਰਿਤ ਬੂੰਦ ਸੁਹਾਮਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਆ ਤਿਨ ਕੈ ਸਦ ਬਲੇਹਾਰ ਨਾਨਕ ਹਰਿ ਜੀ ਮਯਾਕਰ ਸਬਦ ਸਵਾਰਨਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਨਾਨਕ ਹਰਿ ਜੀ ਮਯਾਕਰ ਸਬਦ ਸਵਾਰਨਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਣ ਭਗਤ ਵਸ਼ਲ ਅੰਤਰਜਾਮੀ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਅੱਜ ਸੌਣ ਦੇ ਮਹੀਨੇ ਦੀ ਸੰਗਰਾਮ ਹੈ ਹਾੜ ਵਿੱਚ ਜਦੋਂ ਔੜ ਲੱਗੀ ਹੁੰਦੀ ਹੈ ਤਾਂ ਬੱਦਲ ਦੀ ਬਹੁਤ ਲੋੜ ਹੁੰਦੀ ਹੈ ਬਹੁਤੀ ਗਰਮੀ ਕਰਕੇ ਥੋੜੇ ਪਾਣੀ ਵਿੱਚ ਜੀਵ ਜੰਤੂ ਮੱਛੀਆਂ ਆਦਿਕ ਟੜਫਦੀਆਂ ਹਨ ਗਰਮੀ ਤੋਂ ਬਚਣ ਲਈ ਕਈ ਧਨੀ ਲੋਕ ਕਸ਼ਮੀਰ ਸ਼ਿਮਲੇ ਆਦਿਕ ਪਹਾੜੀ ਥਾਵਾਂ ਤੇ ਜਾਂਦੇ ਹਨ ਕੋਈ ਬਰਸ਼ਾਂ ਦੀ ਛਾਂ ਦੀ ਓਟ ਲੈਂਦਾ ਹੈ ਪਸ਼ੂ ਪੰਛੀ ਵੀ ਤਲਾਵਾਂ ਵਿੱਚ ਪਾਣੀ ਲੱਭਦੇ ਫਿਰਦੇ ਹਨ ਪਾਣੀ ਦੀ ਬਹੁਤੀ ਲੋੜ ਕਰਕੇ ਜਦੋਂ ਸਾਰੇ ਰਲ ਕੇ ਪਰਮੇਸ਼ਰ ਨੂੰ ਮੀਂਹ ਵਾਸਤੇ ਅਰਾਧਦੇ ਹਨ ਕਿ ਬੱਦਲ ਭੇਜੋ ਤਾਂ ਮੀਂਹ ਪੈਂਦਾ ਹੈ ਮੀਂਹ ਪੈਣ ਤੋਂ ਜਵਾਹਾ ਜੜਾਂ ਤੋਂ ਸੜ ਜਾਂਦਾ ਹੈ ਅੱਖਾਂ ਦੇ ਪੱਤੇ ਡਿੱਗ ਪੈਂਦੇ ਹਨ ਤੇ ਦੁੱਧ ਸੁੱਕ ਜਾਂਦਾ ਹੈ ਬਾਕੀ ਬ੍ਰਿਸ਼ਾ ਹਰਿਆਲਤਾ ਸਹਿਤ ਹੁੰਦੇ ਹਨ ਸਭ ਧਰਤੀ ਵਿੱਚ ਹਰਿਆਵਲਤਾ ਦਿਸਦੀ ਹੈ ਇਸੇ ਤਰ੍ਹਾਂ ਮਨੁੱਖਾ ਜਨਮ ਰੂਪ ਸੌਣ ਦਾ ਮਹੀਨਾ ਹੈ ਤੇ ਵਿਕਾਰਾਂ ਦੀ ਔੜ ਲੱਗੀ ਹੋਈ ਹੈ ਜਿਹੜੀ ਪ੍ਰੇਮ ਰੂਪ ਜਲ ਨਾਲ ਨੂਰ ਹੁੰਦੀ ਹੈ ਇਸ ਜਲ ਨੂੰ ਪ੍ਰਾਪਤ ਕਰਨ ਵਾਸਤੇ ਕਈ ਜਗਿਆਸੂ ਠੰਡੇ ਇਲਾਕਿਆਂ ਵਿੱਚ ਜਾਣ ਦੀ ਤਰ੍ਹਾਂ ਸੰਤਾਂ ਦੀ ਸੰਗਤ ਪ੍ਰਾਪਤ ਕਰਦੇ ਹਨ ਦਰਖਤਾਂ ਦੀ ਓੜ ਦੀ ਤਰ੍ਹਾਂ ਮਜੁਰਗਾ ਦੀ ਓਟ ਲੈਂਦੇ ਹਨ ਸਤ ਸੰਗਤ ਰੂਪ ਸਰੋਵਰ ਤੋਂ ਪ੍ਰੇਮ ਰੂਪ ਜਲ ਪ੍ਰਾਪਤ ਕਰਦੇ ਹਨ ਜਵਾਹੇ ਦੀ ਤਰ੍ਹਾਂ ਜਿਹੜੇ ਵਿਛੋੜੇ ਵਾਲੇ ਪੁਰਸ਼ ਹਨ ਸਤਗੁਰੂ ਰੂਪ ਬੱਦਲ ਦੀ ਵਰਸਣ ਕਰਕੇ ਜੋ ਛੜਦੇ ਹਨ ਸਤਗੁਰੂ ਜੀ ਬੱਦਲ ਦੀ ਤਰ੍ਹਾਂ ਉਪਦੇਸ਼ ਰੂਪ ਵਰਖਾ ਅਤੇ ਕੀਰਤਨ ਰੂਪ ਗਰਜ ਪਾਉਂਦੇ ਹਨ ਜਥਾ ਕੰਨ ਗਰਜਤ ਗੋਬਿੰਦ ਰੂਪ ਸੌਣ ਦੇ ਮਹੀਨੇ ਦਾ ਪਾਠ ਆਪ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ ਇਹ ਮਿਕਰਮੀ ਸੰਮਤ ਦਾ ਪੰਜਵਾਂ ਮਹੀਨਾ ਹੈ ਇਸ ਸ਼ੁਭ ਉਪਦੇਸ਼ ਦੀ ਸੰਖੇਪ ਰੂਪ ਵਿੱਚ ਗੱਦਾ ਵਿਚਾਰ ਸਰਵਣ ਕਰੀਏ ਜੀ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾmvn ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਉਹ ਜੀਵ ਰੂਪ ਇਸਤਰੀ ਸਹਿਤ ਰਸਾਂ ਦੇ ਹੈ ਜਿਸ ਦਾ ਪਿਆਰ ਪਤੀ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਲਗਾ ਰਹਿਦਾ ਹੈ ਮਨ ਤਨ ਲੱਤਾ ਸੱਚ ਰੰਗ ਇੱਕੋ ਨਾਮ ਆਧਾਰ ਉਨ੍ਹਾਂ ਦਾ ਮਨ ਵੀ ਅਤੇ ਤਨ ਵੀ ਸੱਚੇ ਪਰਮੇਸ਼ਰ ਦੇ ਰੰਗ ਆਨੰਦ ਵਿੱਚ ਰੰਗਿਆ ਹੋਇਆ ਹੈ ਅਤੇ ਉਹਨਾਂ ਨੇ ਇੱਕ ਨਾਮ ਦਾ ਹੀ ਆਧਾਰ ਆਸਰਾ ਲਿਆ ਹੈ ਜਿਥਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਾਹਣ ਜਨਮ ਨਾ ਆਵਾ ਵਿਖਿਆ ਰੰਗ ਕੁੜਾਵਿਆ ਮਹਾਪੁਰਖ ਜਾਣਦੇ ਹਨ ਕਿ ਵਿਖਿਆ ਮਾਇਆ ਦਾ ਰੰਗ ਆਨੰਦ ਕੁੜਾਵਿਆ ਝੂਠਾ ਹੈ ਕੁਸੁੰਬਣੇ ਦੀ ਤਰ੍ਹਾਂ ਜਥਾ ਹੱਥ ਨਾ ਲਾਏ ਕੁਸੁੰਬਣ ਹੈ ਜਲ ਜਾਸੀ ਢੋਲਾ ਦਿਸਨ ਸੱਬੇ ਸ਼ਾਰ ਵਿਸ਼ੇ ਸੁਖ ਭੋਗਣ ਵਾਲੇ ਸਭ ਸ਼ਾਨ ਸਵਾਹ ਹੁੰਦੇ ਦੇਖੀ ਨੇ ਹਨ ਹਰ ਅੰਮ੍ਰਿਤ ਬੂੰਦ ਸੁਹਾਵਣੀ ਸਤਿਗੁਰੂ ਰੂਪ ਬਦਲ ਦੀ ਰਸਨਾ ਤੋਂ ਅੰਮ੍ਰਿਤ ਨਾਮ ਰੂਪ ਬੂੰਦ ਦੀ ਸ਼ੋਭਨੀਕ ਵਰਖਾ ਹੁੰਦੀ ਹੈ ਜਥਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁਖ ਸਭ ਜਾਵੀ ਮਿਲ ਸਾਧੂ ਪੀਵਣ ਹਾਰ ਸਾਧ ਸੰਗਤ ਵਿੱਚ ਮਿਲ ਕੇ ਭਜਨ ਸਿਮਰਨ ਕਰਨ ਕੀਰਤਨ ਕਰਨ ਰੂਪ ਪੀਂਦੇ ਹਨ ਜਥਾ ਸਤ ਸੰਗਤ ਕੈਸੀ ਜਾਣੀਐ ਜਥੈ ਏਕੋ ਨਾਮ ਵਖਾਣੀਐ ਇਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆਪੁਝਾਏ ਜਿਉ ਵਣ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਅਪਾਰ ਸਮਰੱਥ ਪ੍ਰਭੂ ਦੀ ਸੱਤਾ ਦੇ ਨਾਲ ਵਣ ਤ੍ਰਿਣ ਪਰਫੁੱਲਤ ਹੋ ਰਿਹਾ ਹੈ ਮੀ ਪੈਣ ਤੋਂ ਵਣ ਜੰਗਲ ਤਿਨ ਕੱਖ ਸਭ ਰਿਹਾ ਹਵਤਾ ਸਿਹਤ ਪਰਫੁੱਲਤ ਹੋ ਜਾਂਦੇ ਹਨ ਇਸੇ ਤਰ੍ਹਾਂ ਹੀ ਸਤਿਗੁਰੂ ਰੂਪ ਬਦਲ ਜਦੋਂ ਉਪਦੇਸ਼ ਰੂਪ ਵਰਖਾ ਕਰਦੇ ਹਨ ਤਾਂ ਗੁਰਮੁਖਾਂ ਦਾ ਵਾਣ ਸਰੀਰ ਭਗਤੀ ਦੀ ਮੌਲਤਾ ਸਹਿਤ ਹੁੰਦਾ ਹੈ ਅਤੇ ਤਿੰਨ ਇੰਦਰੀ ਵੀ ਖਿੜਾ ਦੇ ਸਹਿਤ ਹੋ ਜਾਂਦੇ ਹਨ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਹਰੀ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ ਉਸ ਦੇ ਮਿਲਣ ਨੂੰ ਮਨ ਚਾਹੁੰਦਾ ਹੈ ਭਰਪੂਰ ਬਲੇ ਕੀਤੇ ਹੋਏ ਨਿਸ਼ਕਾਮ ਕਰਮ ਹੀ ਉਸ ਨਾਲ ਮਿਲਾਉਣ ਵਾਲੇ ਹੁੰਦੇ ਹਨ ਉਸ ਦੇ ਕਰਮ ਕਿਰਪਾ ਹੀ ਉਸ ਨਾਲ ਮਿਲਾਉਣ ਵਾਲੀ ਹੈ ਜਿਨੇ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਪ੍ਰਭੂ ਨੂੰ ਪਾਇਆ ਹੈ ਹਉ ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ ਉਹ ਧੰਤਾ ਯੋਗ ਹਨ ਜਥਾ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਨਾਨਕ ਹਰਜੀ ਮਯਾ ਕਰ ਸ਼ਬਦ ਸਵਾਰਨ ਹਾਰ ਸਤਿਗੁਰੂ ਜੀ ਕਥਨ ਕਰਦੇ ਹਨ ਏ ਹਰ ਜੀਓ ਤੁਸੀਂ ਆਪ ਹੀ ਮਯਾ ਕਿਰਪਾ ਦ੍ਰਿਸ਼ਟੀ ਕਰਕੇ ਗੁਰ ਉਪਦੇਸ਼ ਦੁਆਰਾ ਜਗਿਆਸੂਆਂ ਦੇ ਅੰਤਹਿ ਕਰਨ ਨੂੰ ਸਵਾਰਨ ਵਾਲੇ ਹੋ ਅ ਸਾਡੇ ਉੱਪਰ ਵੀ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਵੀ ਸ਼ਬਦ ਨਾਲ ਸਵਾਰ ਲਵੋ ਜੀ ਸਾਵਣ ਤਿਨਾ ਸੁਹਾਗਣੇ ਜਿਨ ਰਾਮ ਨਾਮ ੁਰਹਾਰ ਪ੍ਰਤਖ ਸੌਣ ਦਾ ਮਹੀਨਾ ਥਵਾ ਮਨੁੱਖਾ ਜਨਮ ਰੂਪ ਸੌਣ ਦਾ ਮਹੀਨਾ ਉਹਨਾਂ ਤਤ ਬੀਤੇ ਮਹਾਪੁਰਖਾ ਰੂਪ ਸੁਹਾਗਣਾ ਨੂੰ ਸਾਵਣ ਅਨੰਤ ਆਇਕ ਹੈ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਗਲੇ ਦਾ ਹਾਰ ਬਣਾ ਕੇ ਪਹਿਨਿਆ ਹੋਇਆ ਹੈ ਜਿਸ ਵਿੱਚ ਸਵਾਸਾ ਰੂਪ ਧਾਗਾ ਹੈ ਜਥਾ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਹਰ ਹਰ ਅਖੰਡ ਦੋਏ ਇਹ ਮਾਲਾ ਜਪਤ ਜਪਤ ਭਏ ਦੀਨ ਦਇਆਲਾ ਹਰ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਏ ਅਕਾਲ ਪੁਰਖ ਅੰਤਰ ਜਾਮੀ ਜੀਉ ਐਸੇ ਮਹਾਂਪੁਰਖਾਂ ਦੀ ਸੰਗਤ ਬਖਸ਼ ਕੇ ਪਾਵਨ ਪਵਿੱਤਰ ਨਾਮ ਦੀ ਦਾਤ ਦੇ ਕੇ ਮਨੁੱਖਾ ਜਨਮ ਰੂਪ ਸੌਣ ਦਾ ਮਹੀਨਾ ਸਫਲਾ ਕਰੋ ਏਹੇ ਸ਼ੁਭ ਉਪਨੇਸ਼ ਸਤਿਗੁਰਾਂ ਨੇ ਸੌਣ ਦੇ ਮਹੀਨੇ ਦੁਆਰਾ ਸਾਰੇ ਜੀਵਾਂ ਵਾਸਤੇ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਚੜਿਆ ਹੋਇਆ ਮਹੀਨਾ ਆਉਣ ਵਾਲਾ ਸਾ ਰਹੀ ਸਮਾਂ ਸਾਰਿਆਂ ਵਾਸਤੇ ਸੁੱਖਾਂ ਭਰਿਆ ਨਾਮ ਜਪਦਿਆਂ ਸੇਵਾ ਸਿਮਰਨ ਕਰਦਿਆਂ ਆ ਬਤੀਤ ਕਰਾਂ ਪੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ